ਇਹ ਗੱਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੇ ਪ੍ਰਾਈਮ ਟਾਈਮ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਬਿਗ ਬ੍ਰੇਕਿੰਗ ਨਿਊਜ਼ ਤੋਂ ਚੰਡੀਗੜ੍ਹ ਤੋਂ ਜਿੱਥੇ ਭਾਜਪਾ ਦੀ ਸਰਬਜੀਤ ਕੌਰ ਬਣੀ ਮੇਰ ਆਪ ਦੇ ਵੱਲੋਂ ਹੰਗਾਮਾ ਚੰਡੀਗੜ੍ਹ ਦੇ ਵਿੱਚ ਮੇਅਰ ਦੇ ਲਈ મતદાન ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਸਿਟੀ ਆਫ ਬਿਊਟੀਫੁੱਲ ਚੰਡੀਗੜ੍ਹ ਦੀ ਮੇਅਰ ਭਾਜਪਾ ਦੀ ਸਰਬਜੀਤ ਕੌਰ ਬਣੀ ਹੈ ਜਿਸ ਨੇ 14 ਵੋਟਾਂ ਹਾਸਲ ਕੀਤੀਆਂ ਨੇ ਮਿਲੀ ਜਾਣਕਾਰੀ ਦੇ ਮੁਤਾਬਕ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਜ਼ਿਕਰਯੋਗ ਹੈ ਕਿ ਇਸ ਦੌਰਾਨ ਬੈਲਟ ਪੇਪਰ ਫਟਿਆ ਮਿਲਿਆ ਜਿਸ ਕਾਰਨ ਇੱਕ ਸੀਟ ਰੱਦ ਕਰ ਦਿੱਤੀ ਗਈ ਜਿਸਤੇ ਆਪ ਦੇ ਵੱਲੋਂ ਹੰਗਾਮਾ ਕਰ ਦਿੱਤਾ ਦੱਸ ਦਈਏ ਭਾਜਪਾ ਦੀ ਸਰਬਜੀਤ ਕੌਰ ਨੂੰ ਸਭ ਤੋਂ ਜ਼ਿਆਦਾ 14 ਵੋਟਾਂ ਪਈਆਂ ਨੇ ਤੇ ਆਮ ਆਦਮੀ ਪਾਰਟੀ ਦੀ ਅੰਜੂ ਕਟਿਆਲ ਨੂੰ 13 ਵੋਟਾਂ ਤੇ ਇੱਕ ਵੋਟ ਰੱਦ ਹੋ ਗਈ ਹੈ। ਇਸ ਤੋਂ ਪਹਿਲਾਂ 11 ਵਜੇ ਸਾਰੇ ਕੌਂਸਲਰ VOTING ਦੇ ਲਈ ਨਗਰ ਨਿਗਮ ਪਹੁੰਚੇ ਸਨ ਚੋਣਾਂ ਲਈ ਕੁੱਲ 28 ਵੋਟਾਂ ਪਈਆਂ ਸਨ ਜਿਸ ਵਿੱਚ 14 ਕੌਂਸਲਰ ਆਪ ਤੇ 13 ਕੌਂਸਲਰ ਭਾਜਪਾ ਤੇ ਇੱਕ ਐਮਪੀ ਕਿਰਨ ਖੇਰ ਸ਼ਾਮਲ ਸੀ। ਕਾਂਗਰਸ ਅਤੇ ਅਕਾਲੀ ਦਲ ਦੋਵੇਂ VOTING ਦੇ ਵਿੱਚ ਸ਼ਾਮਲ ਨਹੀਂ ਹੋਏ ਤੇ ਆਮ ਆਦਮੀ ਪਾਰਟੀ ਵੱਲੋਂ ਹੰਗਾਮਾ ਦੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਤੱਕੇਮੁੱਕੀ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਆਪ ਕਾਉਂਸਲਰਾਂ ਨੂੰ ਪਿੱਛੇ ਹਟਾਉਣ ਦੇ ਲਈ ਪੁਲਿਸ ਬੁਲਾਈ ਗਈ ਹੈ। ਵੱਡੀ ਖਬਰ ਹੈ ਜੀ ਹੁਣ ਵੀ ਕੇ ਪਾਵੜਾ ਬਣੇ ਪੰਜਾਬ ਦੇ ਨਵੇਂ ਡੀਜੀਪੀ 1987 ਬੈਂਚ ਦੇ ਅਧਿਕਾਰੀ ਵੀ ਕੇ ਪਾਵੜਾ ਨੂੰ ਪੰਜਾਬ ਦਾ ਨਵਾਂ ਡੀਜੀਪੀ ਨਿਯੁਕਤ ਕੀਤਾ ਗਿਆ ਪੰਜਾਬ ਸਰਕਾਰ ਨੇ ਯੂਪੀਐਸਸੀ ਦੇ ਪੈਨਲ ਤੋਂ ਪੰਜਾਬ ਦਾ ਨਵਾਂ ਡੀਜੀਪੀ ਨਿਯੁਕਤ ਕੀਤਾ ਵੀ ਕੇ ਪਾਵੜਾ ਸਿਦਾਰਥ ਛੱਟੋਪੜਾਏ ਦੀ ਥਾਂ ਲੈਣਗੇ। ਇਸ ਤੋਂ ਪਹਿਲਾਂ 1986 ਬੈਂਚ ਦੇ ਆਈਪੀਐਸ ਅਧਿਕਾਰੀ ਸਿਦਾਰਥ ਛੱਟੋਪੜਾਏ ਨੂੰ ਪੰਜਾਬ ਦਾ ਡੀਜੀਪੀ ਨਿਯੁਕਤ ਕੀਤਾ ਗਿਆ ਸੀ ਪਹਿਲਾਂ ਨੰਬਰ ਤੇ 1997 ਬੈਂਚ ਦੇ ਆਈਪੀਐਸ ਅਧਿਕਾਰੀ ਦਿਨਕਰ ਗੁਪਤਾ ਤੇ ਦੂਜੇ ਤੇ ਵੀ ਦੂਜੇ ਨੰਬਰ ਤੇ ਵੀ ਰੇਸ਼ ਕੁਮਾਰ ਪਾਵੜਾ ਤੇ ਤੀਜੇ ਤੇ 1988 ਬੈਂਚ ਦੇ ਪ੍ਰਬੋਧ ਕੁਮਾਰ ਦਾ ਨਾਂ ਸੀ ਗੁਪਤਾ ਕੈਜੂਅਲ ਛੁੱਟੀ ਤੇ ਹਨ ਤੇ 4 ਅਕਤੂਬਰ 9 ਦੇ ਤੋਂ ਉਹਨਾਂ ਨੂੰ ਹਟਾਇਆ ਗਿਆ ਸੀ ਅਜਿਹੇ ਚ ਕੱਟ ਆਫ ਡੇਟ 5 ਅਕਤੂਬਰ ਬਣਦੀ ਹੈ ਸ਼੍ਰੀ ਹਰਮੰਦਰ ਸਾਹਿਬ ਜਾਣ ਵਾਲੀਆਂ ਸੰਗਤਾਂ ਦੇ ਲਈ ਅਹਿਮ ਖਬਰ ਜਾਰੀ ਹੋਈਆਂ ਨਵੀਆਂ ਹਦਾਇਤਾਂ ਜਿਸ ਤਰੀਕੇ ਨਾਲ ਕਰੋਨਾ ਤੇ ਓਮਿਕਰੋਨ ਤੇਜ਼ੀ ਨਾਲ ਫੈਲ ਰਿਹਾ ਇਸ ਦੇ ਬਚਾਅ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਰੱਖਿਆ ਦੇ ਲਈ ਵਿਸ਼ੇਸ਼ ਕਦਮ ਚੁੱਕੇ ਹਨ ਐਸਟੀਪੀਸੀ ਦੇ ਪ੍ਰਬੰਧ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਂਮਣ ਨੇ ਦੱਸਿਆ ਕਿ ਹਰਮੰਦਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ 마ਸਕ ਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ ਜਦ ਕਿ ਦਰਸ਼ਨੀ ਡਿਊਟੀ ਅਤੇ ਹਰਮੰਦਰ ਸਾਹਿਬ ਦੇ ਅੰਦਰ ਤੱਕ 마ਸਕ ਉਤਾਰ ਕੇ ਜਾਣਾ ਹੋਵੇਗਾ ਉਹਨਾਂ ਨੇ ਕਿਹਾ ਜੀ ਸ਼ਰਧਾਲੂਆਂ ਦੀ ਸੁਰੱਖਿਆ ਦੇ ਲਈ ਹਰਮੰਦਰ ਸਾਹਿਬ ਨੂੰ ਜਾਣ ਵਾਲੇ ਸਾਰੇ ਪ੍ਰਵੇਸ਼ ਮਾਰਗਾਂ ਦੀ ਸਫਾਈ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਕਿਸੇ ਨੇ ਪੱਥਰ ਮਾਰਿਆ ਗੋਲੀ ਚੱਲੀ ਪੀਐਮ ਮੋਦੀ ਤੇ ਖੂਬ ਬਰੇ ਸੀਐਮ ਚੰਨੀ ਪੰਜਾਬ ਦੇ ਪੀਐਮ ਪੰਜਾਬ ਦੇ ਵਿੱਚ ਪੀਐਮ ਨਰਿੰਦਰ ਮੋਦੀ ਦੀ ਸੁਰੱਖਿਆ ਦੇ ਵਿੱਚ ਜੋ ਵੱਡੀ ਕੁਤਾਹੀ ਹੋਈ ਸੀ ਉਹ ਮਾਮਲਾ ਹਾਲੇ ਠੰਡਾ ਨਹੀਂ ਹੋਇਆ ਰਾਜਨੀਤਿਕ ਗਲਾਰਿਆਂ ਦੇ ਵਿੱਚ ਚਰਚਾ ਹੋ ਰਹੀ ਆ ਕੋਰਟ ਦੇ ਵਿੱਚ ਵੀ ਇਸ ਕੁਤਾਹੀ ਤੇ ਮੰਥਨ ਹੋ ਰਿਹਾ ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਕ ਰੈਲੀ ਦੇ ਵਿੱਚ ਵੱਡਾ ਬਿਆਨ ਸਾਹਮਣੇ ਆਇਆ ਜਿਸ ਬਿਆਨ ਨੂੰ ਲੈ ਕੇ ਪੀਐਮ ਮੋਦੀ ਤੇ ਤੰਜ ਕੱਸ ਤੇ ਨਜ਼ਰ ਆ ਰਹੇ ਹਨ ਟਾਂਡਾ ਦੇ ਵਿੱਚ ਆਪਣੀ ਰੈਲੀ 'ਚ ਚੰਨੀ ਨੇ ਕਿਹਾ ਕਿ ਪੂਰੇ ਦੇਸ਼ ਦੇ ਵਿੱਚ ਝੂਠ ਫਲਾਇਆ ਜਾ ਰਿਹਾ ਪੀਐਮ ਦੀ ਸੁਰੱਖਿਆ 'ਚ ਕੋਈ ਅਨਗੈਰਹੀ ਹੋਈ ਹੈ ਉਹਨਾਂ ਨੇ ਕਿਹਾ ਜੀ ਕਿਸੇ ਨੇ ਪੱਥਰ ਮਾਰ ਦਿੱਤਾ ਕੀ ਕੋਈ ਖਰੋਚ ਆਈ ਹੈ ਕੋਈ ਗੱਲ ਗੋਲੀ ਚੱਲੀ ਆ ਜਾਂ ਕਿਸੇ ਨੇ ਤੇਰੇ ਖਿਲਾਫ ਨਾਰੇ ਲਾਏ ਨੇ ਜੋ ਪੂਰੇ ਦੇਸ਼ ਦੇ ਵਿੱਚ ਫਲਾਇਆ ਜਾ ਰਿਹਾ ਪ੍ਰਧਾਨ ਮੰਤਰੀ ਦੀ ਜਾਨ ਨੂੰ ਖਤਰਾ ਹੈ ਚੰਨੀ ਨੇ ਆਪਣੇ ਇਸ ਬਿਆਨ ਦੇ ਵਿੱਚ ਪੀਐਮ ਮੋਦੀ ਤੇ ਤੰਜ ਕੱਸਦੇ ਹੋਏ ਕਿਹਾ ਤੈਨੂੰ ਤੇ ਤੁਸੀਂ ਵਰਗੇ ਸ਼ਬਦਾਂ ਦਾ ਇਸਤੇਮਾਲ ਕੀਤਾ ਗੱਲ ਸਿਰਫ ਇੱਥੋਂ ਤੱਕ ਸੀਮਿਤ ਨਹੀਂ ਜਿਆਦਾ ਜਾਣਕਾਰੀ ਲਈ ਚੈਨਲ ਤੇ ਪਾਈ ਸ਼ਾਰਟ ਵੀਡੀਓ ਦੇਖੋ ਭਾਰਤ ਦੇ ਵਿੱਚ ਅੱਜ 141986 ਕੋਵਿਡ ਮਾਮਲੇ ਆਏ ਸਾਹਮਣੇ ਕੱਲ ਤੋਂ ਨਾਲੋਂ 21% ਦੀ ਵੱਧ 9% ਦੀ ਐਕਟਿਵ ਕੇਸ ਦੇਸ਼ ਦੇ ਵਿੱਚ 10000 ਦਾ ਅੰਕੜਾ ਪਾਰ ਕਰਨ ਤੋਂ ਬਾਅਦ ਇੱਕ ਹਫ਼ਤੇ ਬਾਅਦ ਸ਼ਨੀਚਰਵਾਰ ਨੂੰ ਭਾਰਤ ਵਿੱਚ ਕੋਵਿਡ-19 ਦੇ 141986 ਨਵੇਂ ਮਾਮਲੇ ਸਾਹਮਣੇ ਆਏ ਹਨ ਕਿਉਂਕਿ ਵਾਇਰਸ ਇੱਕ ਬੇਮਿਸਾਲ ਰਫ਼ਤਾਰ ਦੇ ਨਾਲ ਫੈਲਦਾ ਜਾ ਰਿਹਾ 27 ਸੂਬਿਆਂ ਦੇ ਵਿੱਚ ਮੌਜੂਦ ਓਮੀਕਰੋਨ ਰੂਪ ਦੁਆਰਾ ਚਲਾਇਆ ਜਾ ਰਿਹਾ ਹੈ ਤੇ 7 ਜੂਨ ਨੂੰ 1 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਸਨ ਜਦਕਿ 1 ਲੱਖ 6000 636 ਸੰਕਰਮਣ ਦਰਜ ਕੀਤੇ ਗਏ ਸਨ ਹੁਣ ਕਰੋਨਾ ਵਾਇਰਸ ਦੇ ਨਵੇਂ ਰੂਪ ਦੇ 3007 ਕੇਸ ਹਨ ਮੁੱਖ ਮੰਤਰੀ ਚਰਦੇ ਮੁੱਖ ਮੰਤਰੀ ਚੰਨੀ ਦੇ ਘਰ ਵਿੱਚ ਕਰੋਨਾ ਦੀ ਐਂਟਰੀ ਪਤਨੀ ਬੇਟਾ ਤਿੰਨ ਪੋਜ਼ੀਟਿਵ ਘਰ ਦੇ ਵਿੱਚ ਹੀ ਸਾਰਿਆਂ ਨੂੰ ਕਰ ਦਿੱਤਾ ਗਿਆ ਹੈ ਆਈਸੋਲੇਟ ਜ਼ਿਲ੍ਹਾ ਐਮ ਐਪੀ ਡੈਮੋ ਆ ਲੋਜਿਸਟ ਡਾਕਟਰ ਹਰਮਨਦੀ ਬਰਾਡਨਸ ਦੀ ਪੁਸ਼ਟੀ ਕੀਤੀ ਹੈ ਕਿ ਉਹਨਾਂ ਦੇ ਟੱਬਰ ਦੇ ਵਿੱਚ ਹੁਣ ਕਰੋਨਾ ਵਾਇਰਸ ਦੀ ਲਾਗ ਪਹੁੰਚ ਚੁੱਕੀ ਹੈ ਚੰਨੀ ਨੇ ਵੀ ਕੁਝ ਦਿਨਾਂ ਦੇ ਲਈ ਆਪਣੇ ਆਪ ਨੂੰ ਘਰ ਦੇ ਵਿੱਚ ਆਈਸੋਲੇਟ ਕਰ ਲਿਆ ਕਿਉਂਕਿ ਉਹਨਾਂ ਦੀ ਵੀ ਰਿਪੋਰਟ ਹਾਲੇ ਆਉਣੀ ਬਾਕੀ ਹੈ ਅੱਗੇ ਵਧਣ ਤੋਂ ਪਹਿਲਾਂ ਦੋਸਤੋ ਨੀਕੀ ਜੀ ਬੇਨਤੀ ਆ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਪੀਐਮ ਮੋਦੀ ਮੁੱਦੇ ਤੇ ਪੰਜਾਬ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਲਿਖੀ ਚਿੱਠੀ ਦਿੱਤਾ ਜਵਾਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਕਟਾਈ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਚਿੱਠੀ ਲਿਖੀ ਆ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਗੋਲ ਮੋਲ ਜਵਾਬ ਦਿੱਤਾ ਹੈ ਚਿੱਠੀ ਦੇ ਵਿੱਚ ਇਹ ਤਾਂ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕਟਾਈ ਹੋਈ ਹੈ ਤੇ ਗੰਭੀਰ ਵਿਸ਼ਾ ਪਰ ਸ਼ੁਰੂਆਤੀ ਤੌਰ ਤੇ ਕਿਸੇ ਵੀ ਕਿਸੇ ਅਧਿਕਾਰੀ ਜਾਂ ਵਿਭਾਗ ਨੂੰ ਨਾ ਤਾਂ ਜ਼ਿੰਮੇਵਾਰ ਠਹਿਰਾਇਆ ਤੇ ਨਾ ਹੀ ਕੋਈ ਕਾਰਵਾਈ ਕੀਤੀ ਜਿਸ ਚਿੱਠੀ ਵਿੱਚ ਇੰਨਾ ਕਿਹਾ ਗਿਆ ਕਿ ਜਾਂਚ ਚੱਲ ਰਹੀ ਹੈ ਚਿੱਠੀ ਪੰਜਾਬ ਦੇ ਮੁੱਖ ਸਕੱਤਰ ਨੇ ਭੇਜੀ ਹੈ ਪੀਐਮ ਮੋਦੀ ਦੀ ਕਾਫਲਾ ਰੋਕੇ ਜਾਣ ਦੇ ਮਾਮਲੇ 'ਚ ਆਈਪੀਸੀ ਦੀ ਧਾਰਾ 283 ਦੇ ਤਹਿਤ 159 ਅਣਪਛਾਤੇ ਲੋਕਾਂ ਤੇ ਐਫਆਈਆਰ ਦਰਜ ਕੀਤੀ ਗਈ ਤੇ ਇਹ ਫਰੂਜ਼ਪੁਰ ਜ਼ਿਲ੍ਹੇ ਦੇ ਕੋਲਗੜੀ ਪੁਲਿਸ ਥਾਣੇ ਦੇ ਵਿੱਚ ਦਰਜ ਕੀਤੀ ਗਈ ਹੈ ਦੇਸ਼ ਦੇ ਵਿੱਚ ਕਰੋਨਾ ਟੀਕਾ ਕਰਨ ਦਾ ਅੰਕੜਾ 150 ਕਰੋੜ ਤੋਂ ਪਾਰ ਸਿਹਤ ਮੰਤਰੀ ਬੋਲੇ ਇਤਿਹਾਸਿਕ ਉਪਲਬਧੀ ਦੇਸ਼ ਦੇ ਵਿੱਚ ਕਰੋਨਾ ਟੀਕਾ ਕਰਨ ਮੁਹਿੰਮ ਦੇ ਅਧੀਨ ਸ਼ੁੱਕਰਵਾਰ ਨੂੰ 150 ਤੋਂ 150 ਕਰੋੜ ਲੋਕਾਂ ਨੂੰ ਕਰੋਨਾ ਦੇ ਟੀਕੇ ਲਾਉਣ ਦਾ ਅੰਕੜਾ ਪਾਰ ਕਰ ਲਿਆ ਤੇ ਕੇਂਦਰੀ ਸਿਹਤ ਪਰਿਵਾਰ ਕਲਿਆਣ ਮੰਤਰੀ ਮਨਸੁਖ ਮਾਂਡਵਿਆ ਨੇ ਟਵੀਟ ਜਾਰ ਕਰਕੇ ਇਹ ਜਾਣਕਾਰੀ ਨੂੰ ਇਤਿਹਾਸਿਕ ਉਪਲਬਧੀ ਘਰਾਰ ਦਿੱਤਾ ਹੈ ਪ੍ਰਧਾਨ ਮੰਤਰੀ ਨੇ ਅਫਸਰਾਂ ਨੂੰ ਨਹੀਂ ਸਗੋ ਮਾਨਪ੍ਰੀਤ ਬਾਦਲ ਨੂੰ ਕਿਹਾ ਸੀ ਆਪਣੇ ਮੁੱਖ ਮੰਤਰੀ ਨੂੰ ਧੰਨਵਾਦ ਦੇ ਦਿਨਾ ਤੁਹਾਡੇ ਮੁੱਖ ਮੰਤਰੀ ਨੂੰ ਧੰਨਵਾਦ ਦੇਣਾ ਕਿ ਮੈਂ ਜਾਉਂਦਾ ਬਾਦ ਚੁਕੇ ਤਲ ਬਠਿੰਡਾ ਹਵਾਈ ਅੱਡੇ ਤੱਕ ਪਹੁੰਚ ਆਇਆ ਹਾਂ ਇਹ ਸੰਦੇਸ਼ ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਨੂੰ ਨਹੀਂ ਕਿਸੇ ਰਾਹੀਂ ਭੇਜਿਆ ਇਸ ਦੀ ਅਜੇ ਵੀ ਬੁਜ਼ਾਰਤ ਬਣੀ ਹੈ ਕੁਝ ਕਹਿ ਰਹੇ ਨੇ ਕਿ ਸੰਦੇਸ਼ ਅਧਿਕਾਰੀਆਂ ਰਾਹੀਂ ਭੇਜਿਆ ਗਿਆ ਤੇ ਕੁਝ ਕਹਿ ਰਹੇ ਨੇ ਕਿ ਸੰਦੇਸ਼ ਭੇਜਿਆ ਗਿਆ ਸੀ ਪਰ ਹੁਣ ਬੁਜ਼ਾਰਤ ਹੱਲ ਹੋ ਗਈ ਹੈ ਧੰਨਵਾਦ ਇਹ ਸੰਦੇਸ਼ ਪ੍ਰਧਾਨ ਮੰਤਰੀ ਮੋਦੀ ਵੱਲੋਂ ਕਿਸੇ ਅਧਿਕਾਰੀ ਨੂੰ ਨਹੀਂ ਸਗੋ ਪੰਜਾਬ ਦੇ ਖਜ਼ਾਨਾ ਮੰਤਰੀ ਮਾਨਪ ਸਿੰਘ ਬਾਦਲ ਦੇ ਰਾਹੀਂ ਭੇਜਿਆ ਗਿਆ ਮੁੱਖ ਮੰਤਰੀ ਨੂੰ ਜਿਸ ਨੂੰ ਖੁਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਵਾਰਕਾਰ ਕੀਤਾ ਆਪ ਅਤੇ ਸੰਯੁਕਤ ਸਮਾਜ ਮੋਰਚਾ ਦੇ ਸਮਝੌਤੇ ਬਾਰੇ ਭਗਵੰਤ ਮਾਨ ਦਾ ਵੱਡਾ ਬਿਆਨ ਉਹਨਾਂ ਨੇ ਕਿਹਾ ਜੀ ਸੀਟਾਂ ਦੀ ਵੰਡ ਨੂੰ ਲੈ ਕੇ ਕੋਈ ਗੱਲਬਾਤ ਨਹੀਂ ਹੋਈ ਜੇਕਰ ਸੰਯੁਕਤ ਸਮਾਜ ਮੋਰਚਾ ਚੋਣਾਂ ਲੜਨਾ ਚਾਹੁੰਦਾ ਤਾਂ ਮੈਂ ਸ਼ੁਭਕਾਮਨਾਵਾਂ ਦਿੰਦਾ ਦੂਜੇ ਪਾਸੇ ਆਗੂ ਰੂਲਦੂ ਸਿੰਘ ਮਾਨਸਾ ਨੇ ਕਿਹਾ ਕਿ ਸੰਯੁਕਤ ਸਮਾਜ ਮੋਰਚਾ 50% ਦੀਆਂ ਸੀਟਾਂ ਦੇ ਚੋਣਾਂ ਲੜਨਾ ਚਾਹੁੰਦਾ ਪਰ ਆਮ ਆਦਮੀ ਪਾਰਟੀ ਕਿਸੇ ਗੱਲਬਾਤ ਨੂੰ ਸਿਰੇ ਨਹੀਂ ਲਾ ਰਹੀ ਨਵਨ ਨਵਰੀਤਕਔਰ ਸੇਖੋਂ ਸਬ ਡਿਵੀਜ਼ਨ ਤਪਾ ਦੇ ਐਸ ਡੀ ਐਮ ਨਿਯੁਕਤ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਲਈ 2500 ਰੁਪਏ ਮਹੀਨੇ ਦੇ ਬੱਜਵੇਂ ਮਾਨ ਪੱਤੇ ਦਾ ਨੋਟੀਫਿਕੇਸ਼ਨ ਜਾਰੀ ਪੰਜਾਬ ਸਰਕਾਰ ਦੇ ਵੱਲੋਂ ਸਿਹਤ ਵਿਭਾਗ ਅਤੇ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਕੰਮ ਕਰਦੀਆਂ ਆਸ਼ਾ ਵਰਕਰਾਂ ਤੇ ਆਸ਼ਾ ਫੈਸਿਲੇਟਰਾਂ ਦੇ ਲਈ 2500 ਰੁਪਏ ਪ੍ਰਤੀ ਮਹੀਨਾ ਦੇ ਬੱਜਵੇਂ ਮਾਨ ਪੱਤੇ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਜਿਸ ਵਿੱਚ ਜ਼ਿਕਰ ਹੋ ਗਿਆ ਕਿ ਮੁੱਖ ਮੰਤਰੀ ਵੱਲੋਂ ਇਸ ਮਾਨ ਪੱਤੇ ਅਤੇ ਦੋ ਹੋਰ ਨਾਂ ਮੰਗਾ ਸਬੰਧੀ ਐਲਾਨ ਉਸ ਦਿਨ ਪਹਿਲਾਂ ਚਮਕੌਰ ਸਾਹਿਬ ਵਿੱਚ ਕੀਤੀ ਗਈ ਕਰੈਲੀ ਵਿੱਚ ਕੀਤਾ ਗਿਆ ਸੀ ਅੱਜ ਜਾਰੀ ਹੋਵੇਗਾ ਸ਼ਡਿਊਲ 10 ਜਨਵਰੀ ਤੋਂ ਲੱਗੇਗੀ ਬੂਸਟਰ ਡੋਜ਼ ਰਜਿਸਟ੍ਰੇਸ਼ਨ ਦੀ ਲੋੜ ਜਾਦੀ ਜਾਣਕਾਰੀ ਲਈ ਚੈਨਲ ਤੇ ਪਾਈ ਸ਼ਾਰਟ ਵੀਡੀਓ ਦੇਖ ਸਕਦੇ ਹੋ ਜਿਹੜੇ ਸੀਨੀਅਰ ਨਾਗਰਿਕ ਬੂਸਟਰ ਖੁਰਾਕ ਲੈਣਾ ਚਾਹੁੰਦੇ ਹਨ ਉਹ ਟੀਕਾ ਕਰਨ ਦੇ ਵਿੱਚ ਸਿੱਧਾ ਜਾ ਕੇ ਟੀਕਾ ਲਵਾ ਸਕਦੇ ਹਨ ਬੂਸਟਰ ਡੋਜ਼ ਦੀ ਪ੍ਰਕਿਰਿਆ 8 ਜਨਵਰੀ ਨੂੰ ਸ਼ੁਰੂ ਹੋ ਚੁੱਕੀ ਹੈ ਤੇ 10 ਜਨਵਰੀ ਤੋਂ ਵੀ ਸ਼ੁਰੂ ਫਿਰ ਹੋਣ ਜਾਣ ਵਾਲੀ ਹੈ ਪੀਐਮ ਮੋਦੀ ਦੀ ਸੁਰੱਖਿਆ ਦੇ ਕਤਾਹੀ ਮਾਮਲੇ ਦੇ ਵਿੱਚ ਸਿਆਸਤ ਜਾਰੀ ਸੀਐਮ ਚੰਨੀ ਨੇ ਕੀਤਾ ਵੱਡਾ ਟਵੀਟ ਚੋਣਾਂ ਦੇ ਮੌਸਮ ਦੇ ਵਿੱਚ ਮਾਮਲੇ ਨੂੰ ਲੈ ਕੇ ਭਾਜਪਾ ਤੇ ਕਾਂਗਰਸ ਆਪਸ ਦੇ ਵਿੱਚ ਲੜ ਰਹੀਆਂ ਹਨ ਉਧਰ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਧੀ ਰਾਤ ਨੂੰ ਇੱਕ ਟਵੀਟ ਕੱਡ ਮਾਰਿਆ ਜੀਐਮ ਸੀਐਮ ਚੰਨੀ ਨੇ ਸਰਦਾਰ ਬਲਬ ਭਾਈ ਪਟੇਲ ਦੇ ਇੱਕ ਬਿਆਨ ਨੂੰ ਟਵੀਟ ਰਾਹੀਂ ਕਰਕੇ ਪੀਐਮ ਮੋਦੀ ਦਾ ਨਾਂ ਲਾਇ ਬਗੈਰ ਹੀ ਉਹਨਾਂ ਤੇ ਨਿਸ਼ਾਨਾ ਸਾਧ ਦਿੱਤਾ ਸੀਐਮ ਨੇ ਚੰਨੀ ਤੇ ਪ੍ਰਧਾਰ ਪਰਦੇਲ ਦਾ ਹਵਾਲਾ ਦਿੰਦਿਆਂ ਲਿਖਿਆ ਕਿ ਜਿਸ ਨੂੰ ਡਿਊਟੀ ਤੋਂ ਜਾਣ ਦੀ ਡਿਊਟੀ ਨਾਲੋਂ ਜ਼ਿਆਦਾ ਜਾਣ ਦੀ ਪ੍ਰਵਾਹ ਹੈ ਉਸ ਨੂੰ ਭਾਰਤ ਵਰਗੇ ਦੇਸ਼ ਚ ਵੱਡੀ ਜ਼ਿੰਮੇਵਾਰੀ ਨਹੀਂ ਲੈਣੀ ਚਾਹੀਦੀ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਬਟਾਲਾ ਚ ਵੱਡੀ ਵਾਰਦਾਤ ਸ਼੍ਰੀ ਖੰਡਪੜ ਸਾਹਿਬ ਦੀ ਡਿਊਟੀ ਨੂੰ ਲੈ ਕੇ ਪਾਰਟੀ ਸਿੰਘ ਦਾ ਕਤਲ ਬਟਾਲਾ ਦੇ ਨੇੜਲੇ ਪਿੰਡ ਦੱਬਾ ਵਾਲੀ ਵਿੱਚ ਦੋ ਪਾਠੀ ਸਿੰਘਾਂ ਵੱਲੋਂ ਕਿਸੇ ਦੇ ਘਰ ਵਿੱਚ ਚੱਲ ਰੇ ਸ਼੍ਰੀ ਖੰਡਪਾਟ ਸਾਹਿਬ ਦੇ ਪਿਆਰਟ ਨੂੰ ਡਿਊਟੀ ਨੂੰ ਲੈ ਕੇ ਹੋਈ ਤਕਰਾਰ ਹੋਈ ਜਿਹੇ ਤਕਰਾਰ ਇੰਨੀ ਵੱਧ ਗਈ ਕਿ ਪਾਠੀ ਸਿੰਘ ਨੇ ਆਪਣੇ ਸਾਥੀ ਦਾ ਤੇਜ਼ ਤਾਰ ਹਥਿਆਰ ਨਾਲ ਕਤਲ ਕਰ ਦਿੱਤਾ ਉਧਰ ਪੁਲਿਸ ਦੇ ਵੱਲੋਂ ਮ੍ਰਿਤਕ ਦੀ ਇਲਾਜ ਦਾ ਪੋਸਟਮਾਰਟਮ ਕਰਕੇ ਬਟਾਲਾ ਹਸਪਤਾਲ ਦਾਖਲ ਕਰਵਾਇਆ ਰਖਵਾਇਆ ਗਿਆ ਹੈ ਤੇ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੁਹਾਡੀ ਚੁੱਪ ਨਫਰਤ ਭਰੀਆਂ ਆਵਾਜ਼ਾਂ ਨੂੰ ਦਿੰਦੀ ਹੈ ਵਧਾਵਾ ਆਈ ਆਈ ਐਮ ਦੇ ਵਿਦਿਆਰਥੀਆਂ ਤੇ ਸਟਾਫ ਦਾ ਪੀ ਐਮ મોદી ਨੂੰ ਖੁੱਲਾ ਪੱਤਰ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਵਿਦਿਆਰਥੀਆਂ ਤੇ ਫੈਕਲਟੀ ਮੈਂਬਰਾਂ ਨੇ ਇੱਕ ਖੁੱਲੇ ਪੱਤਰ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਦੇਸ਼ ਦੇ ਵਿੱਚ ਨਫਰਤ ਭਰੇ ਭਾਸ਼ਣਾਂ ਤੇ ਜਾਤੀ ਆਧਾਰਿਤ ਹਿੰਸਾ ਵਿਰੋਧ ਬੋਲਣ ਦੀ ਅਪੀਲ ਕੀਤੀ ਹੈ ਪੱਤਰ ਦੇ ਵਿੱਚ ਆਈ ਆਈ ਐਮ ਅਹਮਦਾਬਾਦ ਦੇ ਆਈ ਆਈ ਐਮ ਬੰਗਲੌਰ ਦੇ ਕੁਝ ਵਿਦਿਆਰਥੀਆਂ ਤੇ ਕੁਝ ਫੈਕਲਟੀ ਮੈਂਬਰਾਂ ਨੇ ਦਸਤਖਤ ਕੀਤੇ ਹਨ ਪਹਿਲੇ ਪੜਾਅ ਦੇ ਵਿੱਚ 75 ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ ਕਾਂਗਰਸ 20 ਵਿਧਾਇਕਾਂ ਨੂੰ ਲੱਗ ਸਕਦਾ ਹੈ ਵੱਡਾ ਚੜਕਾ ਸੋ ਪੰਜਾਬ ਦੇ ਵਿੱਚ ਗਠਿਤ ਸਕਰੀਨਿੰਗ ਕਮੇਟੀ ਦੀ ਬੈਠਕ ਚ ਉਮੀਦਵਾਰਾਂ ਦਾ ਨਾਂ ਡੂੰਗਾ ਮੰਥਨ ਹੈ ਤੇ ਕਮੇਟੀ ਦੇ ਚੇਅਰਮੈਨ ਅਜੇ ਮਾਕਾਂ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ तमाम ਮੈਂਬਰਾਂ ਨਾਲ ਗੱਲਬਾਤ ਕੀਤੀ ਹੈ ਮੈਂਬਰਾਂ ਨੇ ਇੱਕ ਇੱਕ ਉਮੀਦਵਾਰ ਤੇ ਕਰਵਾਏ ਗਏ ਸਰਵੇ ਤੇ ਚਰਚਾ ਕੀਤੀ ਹੈ ਸਰਵੇ ਚ ਉਮੀਦਵਾਰਾਂ ਦੀ ਫੀਡਬੈਕ ਉਸਤਨ ਰਹੀ ਹੈ ਜਿਸ ਕਾਰਨ ਇਨ੍ਹਾਂ ਉਮੀਦਵਾਰਾਂ ਨੂੰ ਮੈਦਾਨ ਦੇ ਵਿੱਚ ਉਤਾਰਨ ਤੇ ਸਹਿਮਤੀ ਬਣਾਉਣ ਦੇ ਲਈ ਖੁੱਲ੍ਹ ਕੇ ਚਰਚਾ ਕੀਤੀ ਗਈ ਹੈ। ਕਈ ਮੈਂਬਰਾਂ ਦੀ ਔਸਤਨ ਦਰਜੇ ਦੇ ਉਮੀਦਵਾਰਾਂ ਦੀ ਬਜਾਏ ਜਿੱਤ ਯਕੀਨੀ ਬਣਾਉਣ ਵਾਲੇ ਉਮੀਦਵਾਰਾਂ ਨੂੰ ਤਵੱਜੋ ਦਿੱਤੀ ਜਾ ਰਹੀ ਹੈ। ਪੰਜਾਬ ਸਰਕਾਰ ਨੇ 34 ਆਈਐਸ ਤੇ ਪੀਸੀਐਸ ਅਫਸਰਾਂ ਦਾ ਕੀਤਾ ਤਬਾਦਲਾ ਸਭ ਤੋਂ ਵੱਧ ਐਸਡੀਐਮ ਬਦਲੇ। ਅਗਲੀ ਵੱਡੀ ਖਬਰ ਆ ਕਰੋਨਾ ਦੇ ਵੱਧਦੇ ਕੇਸਾਂ ਦਾ ਕੋਈ ਮਤਲਬ ਨਹੀਂ ਸਕੂਲ ਬੰਦ, ਲਾਕਡਾਊਨ ਕੋਈ ਹੱਲ ਨਹੀਂ ਕੋਵਿਡ ਪੈਨਲ ਮੁਖੀ ਦੇਸ਼ ਦੇ ਵਿੱਚ ਕਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਸਿਹਤ ਮੰਤਰਾਲੇ ਦੇ ਅਨੁਸਾਰ ਸ਼ਨੀਵਾਰ ਨੂੰ ਦੇਸ਼ ਵਿੱਚ ਕਰੋਨਾ ਦੇ ਨਵੇਂ 141986 ਮਾਮਲੇ ਸਾਹਮਣੇ ਆਏ ਹਨ 24 ਘੰਟਿਆਂ ਦੇ ਵਿੱਚ 285 ਮੌਤਾਂ ਹੋਈਆਂ ਹਨ ਇੰਨੇ ਕੇਸ ਆਉਣ ਦੇ ਬਾਅਦ ਨੈਸ਼ਨਲ ਕੋਵਿਡ 19 ਤੇ ਸੁਪਰ ਮਾਡਲ ਕਮੇਟੀ ਦੇ ਪ੍ਰਮੁੱਖ ਡਾਕਟਰ ਐਮ ਵਿਦਿਆਸਾਗਰ ਦਾ ਕਹਿਣਾ ਹੈ ਕਿ ਕੋਵਿਡ ਸੰਕਰਮਣ ਦੇ ਵਧ ਰਹੇ ਮਾਮਲਿਆਂ ਤੇ ਗਿਣਤੀ ਨੂੰ ਦੇਖਣਾ ਬੰਦ ਕੀਤਾ ਜਾਣਾ ਚਾਹੀਦਾ ਇਸ ਦਾ ਕੋਈ ਅਰਥ ਨਹੀਂ ਹੈ ਡਾਕਟਰ ਵਿਦਿਆ ਸਾਗਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕੋਵਿਡ ਨੂੰ ਖਤਮ ਕਰਨਾ ਸੰਭਵ ਹੈ ਕਿਉਂਕਿ ਇਹ ਹੈਰਾਨੀਜਨਕ ਤਰੀਕੇ ਦੇ ਨਾਲ ਪ੍ਰਤੀਰੋਧਕ ਸ਼ਕਤੀ ਨੂੰ ਚੱਕਵਾ ਦਿੰਦੀ ਹੈ। ਪਟਿਆਲਾ ਦੇ ਵਿੱਚ ਕੱਪੜੇ ਦੇ ਸ਼ੋਰੂਮ ਨੂੰ ਲੱਗੀ ਭਿਆਨਕ ਅੱਗ ਪਟਿਆਲਾ ਦੇ ਗੁਰਦੁਆਰਾ ਦੂਖਨਵਾਰਨ ਸਾਹਿਬ ਦੇ ਨੇੜੇ ਇੱਕ ਰੈਡੀमेड ਕੱਪੜੇ ਦੇ ਸ਼ੋਰੂਮ ਵਿੱਚ ਅੱਜ ਦੁਪਹਿਰੇ ਭਿਆਨਕ ਅੱਗ ਲੱਗਣ ਦੇ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਜਿਹੜਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਪਰ ਅਜੇ ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਸਾਰੇ ਅੰਤਰਰਾਸ਼ਟਰੀ ਯਾਤਰੀਆਂ ਨੂੰ 7 ਦਿਨਾਂ ਦੇ ਲਈ ਕੁਆਰੰਟਾਈਨ ਹੋਣਾ ਲਾਜ਼ਮੀ ਸਰਕਾਰ ਦੇਸ਼ ਦੇ ਵਿੱਚ ਕੋਵਿਡ-19 ਦੇ ਵਾਧੇ ਵਿੱਚਕਾਰ ਸਰਕਾਰ ਨੇ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਦੇ ਲਈ ਨਵੇਂ ਦਿਸ਼ਾ ਨਿਰਦੇਸ਼ ਨਿਯਮ ਜਾਰੀ ਕੀਤੇ ਹਨ ਇਸ ਦੇ ਅਨੁਸਾਰ ਹੁਣ ਤੋਂ ਆਉਣ ਵਾਲੇ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਨੂੰ 7 ਦਿਨਾਂ ਲਈ ਹੋਮ ਕੁਆਰੰਟਾਈਨ ਤੋਂ ਗੁਜ਼ਰਨਾ ਹੋਵੇਗਾ ਇਸ ਤੋਂ ਬਾਅਦ 8ਵੇਂ ਦਿਨ ਆਰਟੀਪੀਸੀਆਰ ਟੈਸਟ ਕੀਤਾ ਜਾਵੇਗਾ ਸਰਕਾਰ ਨੇ ਕੋਰੋਨਵਾਇਰਸ ਦੇ ਵਧ ਰਹੇ ਮਾਮਲਿਆਂ ਤੇ ਕਰੋਨਾਵਾਇਰਸ ਦੇ ਨਵੇਂ ਓਮੀਕਰੋਨ ਦੇ ਵੇਰੀਐਂਟ ਦੇ ਖਤਰੇ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਆਮਦ ਲਈ ਮੌਜੂਦਾ ਦਿਸ਼ਾ ਨਿਰਦੇਸ਼ਾਂ ਵਿੱਚ ਸੋਧ ਕੀਤੀ ਹੈ ਦੇਸ਼ ਦੇ ਵਿੱਚ ਮਾਈਕਰੋਚਿਪ ਵਾਲੇ ਈ ਪਾਸਪੋਰਟ ਜਲਦ ਹੋਣਗੇ ਜਾਰੀ ਇਸ ਦੀਆਂ ਵਿਸ਼ੇਸ਼ਤਾਵਾਂ ਨੇ ਵੱਡੀਆਂ ਸੋ ਵਿਦੇਸ਼ ਮੰਤਰਾਲੇ ਦੇ ਸਕੱਤਰ ਸੰਜੀਪ ਪੱਟਾਚਾਰੀਆ ਨੇ ਟਵਿੱਟਰ ਦੇ ਵਿੱਚ ਕੋਸ਼ਨਾ ਕੀਤੀ ਜਲਦੀ ਹੀ ਭਾਰਤੀ ਨਾਗਰਿਕਾਂ ਨੂੰ ਈ ਪਾਸਪੋਰਟ ਜਾਰੀ ਕੀਤੇ ਜਾਣਗੇ ਜਿਸ ਵਿੱਚ ਪਾਸਪੋਰਟ ਧਾਰਕ ਦੀ ਸੁਰੱਖਿਆ ਤੋਂ ਬਾਇਓਮੈਟ੍ਰਿਕ ਡਾਟਾ ਸਟੋਰ ਕੀਤਾ ਜਾਵੇਗਾ ਵਦੇਸ਼ ਮੰਤਰਾਲੇ ਦੇ ਕਾਉਂਸਲਰ ਪਾਸਪੋਰਟ ਅਤੇ ਵੀਜ਼ਾ ਡਿਵੀਜ਼ਨ ਦੇ 77 ਸੰਜੀਪ ਪੱਟਾਚਾਰੀਆ ਨੇ ਵੀਰਵਾਰ ਨੂੰ ਟਵੀਟ ਕੀਤਾ ਸ਼ ਭਾਰਤ ਛੇਤੀ ਹੀ ਨਾਗਰਿਕਾਂ ਦੇ ਲਈ ਅਗਲੀ ਪੀੜੀ ਦੇ ਈ ਪਾਸਪੋਰਟ ਪੇਸ਼ ਕਰੇਗਾ ਭਾਰਤ ਦੇ ਵਿਦੇਸ਼ਾਂ ਦੇ ਵਿੱਚ ਪਾਸਪੋਰਟ ਜਾਰੀ ਕਰਨ ਵਾਲੀ 86 ਜੀ ਦੁਆਰਾ 2019 ਦੇ ਵਿੱਚ 12.8 ਮਿਲੀਅਨ ਤੋਂ ਵੱਧ ਪਾਸਪੋਰਟ ਜਾਰੀ ਕੀਤੇ ਗਏ ਸਨ ਗਣਤੰਤਰ ਦਿਵਸ ਤੋਂ ਪਹਿਲਾਂ ਅੱਤਵਾਦੀ ਹਮਲੇ ਦਾ ਖਦਸ਼ਾ ਸੁਰੱਖਿਆ ਏਜੰਸੀਆਂ ਹਾਈ ਅਲਰਟ ਤੇ ਦੇਸ਼ ਦੀ ਰਾਜਸਟਾਨੀ ਵਿੱਚ ਅਤੇ ਦੇਸ਼ ਦੇ ਹੋਰ ਹਿੱਸਿਆਂ ਦੇ ਵਿੱਚ ਗਣਤੰਤਰ ਦਿਵਸ ਤੋਂ ਪਹਿਲਾਂ ਸੁਰੱਖਿਆ ਸ਼ੁੱਕਰਵਾਰ ਨੂੰ ਕਈ ਏਜੰਸੀਆਂ ਤੋਂ ਸ਼ੱਕੀ ਅੱਤਵਾਦੀ ਹਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਹਾਈ ਅਲਰਟ ਤੇ ਹਨ ਇੱਕ ਨਿੱਜੀ ਚੈਨਲ ਦੀ ਨਿਊਜ਼ ਦੇ ਅਨੁਸਾਰ ਸੁਰੱਖਿਆ ਬਲਾਂ ਵੱਲੋਂ ਪੰਜ ਚੋਣਾਂ ਵਾਲੇ ਰਾਜਾਂ 'ਚੋਂ ਤਨਾਅਤ ਅਧਿਕਾਰੀਆਂ ਤੇ ਸੈਨਿਕਾਂ ਨੂੰ ਵੀ ਅਲਰਟ ਜਾਰੀ ਕਰ ਦਿੱਤਾ ਹੈ ਸੁਰੱਖਿਆ ਅਲਰਟ ਅਨੁਸਾਰ ਅੱਤਵਾਦੀ ਪੀੜ ਪੜੱਕੇ ਵਾਲੀਆਂ ਥਾਵਾਂ ਬਾਜ਼ਾਰਾਂ ਤੋਂ ਇਲਾਵਾ ਉੱਚ ਪ੍ਰੋਫਾਈਲ ਵਾਲੇ ਲੀਡਰਾਂ ਨੂੰ ਨਿਸ਼ਾਨਾ ਬਣਾਉਣ ਲਈ ਹਮਕਿਆਂ ਜਾਂ ਧਮਕੀਆਂ ਦੀ ਯੋਜਨਾ ਬਣਾ ਸਕਦੇ ਹਨ ਉਹ ਰੇਲਵੇ ਸਟੇਸ਼ਨਾਂ ਬਾਜ਼ ਸੜੀਆਂ ਧਾਰਮਿਕ ਸਥਾਨਾਂ ਤੇ ਅਹਿਮ ਦਾਰਿਆਂ ਤੇ ਵੀ ਹਮਲੇ ਕਰ ਸਕਦੇ ਹਨ ਪੰਜਾਬ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦਾ ਵੱਡਾ ਐਲਾਨ ਸੋ ਵੱਡਾ ਐਲਾਨ ਕੀਤਾ ਜੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੇ ਕਹੇ ਜੇਕਰ ਪੰਜਾਬ ਦੇ ਵਿੱਚ ਕਾਲੀ ਦਲ ਦੀ ਸੱਤਾ ਆਉਂਦੀ ਹੈ ਤਾਂ ਸੂਬੇ ਦੇ ਕਿਸਾਨਾਂ ਤੇ ਕਰਜ਼ਿਆਂ ਤੇ ਲੀਕ ਮਾਰ ਦਿੱਤੀ ਜਾਵੇਗੀ ਇਸ ਤਰ੍ਹਾਂ ਸਰਕਾਰ ਨੂੰ ਦਿਖਾਈ ਦਿੱਤੇ ਹਨ ਉੱਥੇ ਵੀ ਦੱਸਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੌਰਾਨ ਪ੍ਰਕਾਸ਼ ਸਿੰਘ ਬਾਦਲ ਵੱਡੀਆਂ ਰੈਲੀਆਂ ਕਰਦੇ ਦਿਖਾਈ ਦੇਣਗੇ ਪੀਐਮ ਮੋਦੀ ਦੀ ਸੁਰੱਖਿਆ ਮਾਮਲੇ ਦੇ ਵਿੱਚ ਬੀਜੇਪੀ ਦਾ ਵੱਡਾ ਇਲਜ਼ਾਮ ਸੀਐਮ ਚੰਦੀ ਨੇ ਖੁੱਦ ਰਚੀ ਸੀ ਸਾਜ਼ਿਸ਼ ਤੇ ਸੋਨੀਆ ਤੇ ਰਾਹੁਲ ਵੀ ਇਸ ਸਾਜ਼ਿਸ਼ ਦਾ ਹਿੱਸਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਫੇਰੀ ਦੇ ਦੌਰਾਨ ਸੁਰੱਖਿਆ ਛੁੱਟੇਲ ਨੂੰ ਲੈ ਕੇ ਹੁਣ ਸਿਆਸਤ ਤੇਜ਼ ਹੁੰਦੀ ਨਜ਼ਰ ਆ ਰਹੀ ਹੈ ਜੀ ਭਾਜਪਾ ਦੇ ਸੰਸਦ ਮੈਂਬਰ ਪ੍ਰਵੇਸ਼ ਸਿੰਘ ਵਰਮਾ ਨੇ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪ੍ਰਧਾਨ ਮੰਤਰੀ ਦੀ ਹਤਿਆ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਹੈ ਜੀ ਪਰਮੇਸ਼ਰ ਵਰਮਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖੁਦ ਪੀਐਮ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਸੋ ਅੱਗੇ ਕਿਹਾ ਕਿ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਵੀ ਇਸ ਦੇ ਵਿੱਚ ਸ਼ਾਮਲ ਹਨ ਗਿਰੀ ਰਾਜ ਸਿੰਘ ਨੇ ਕਿਹਾ ਕਿ ਟੈਲੀ ਸਕੋਪਿਕ ਗਨ ਦੇ ਨਾਲ ਮੋਦੀ ਦੀ ਹਤਿਆ ਸ਼ਰੇਆਮ ਕੀਤੀ ਜਾ ਸਕਦੀ ਸੀ ਮਹਾਦੇਵ ਦੀ ਕਿਰਪਾ ਦੇ ਨਾਲ ਉਹ ਬਚ ਗਏ ਨੇ ਪ੍ਰਧਾਨ ਮੰਤਰੀ ਦੇ ਦੌਰੇ ਤੇ ਮੈਨੂੰ ਲੂਪ ਚੋਂ ਨਹੀਂ ਲਿਆ ਗਿਆ ਰੰਧਾਵਾ ਸੂਬਾ ਪ੍ਰਧਾਨ ਮੰਤਰੀ ਪੰਜਾਬ ਦੇ ਉਪ ਮੁੱਖ ਮੰਤਰੀ ਤੇ ਗ੍ਰਹਿ ਵਿਭਾਗ ਦੇਖ ਰਹੇ ਸੁਖਜਿੰਦਰ ਰੰਧਾਵਾ ਨੇ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਨੂੰ ਲੈ ਕੇ ਖੁੱਦ ਨੂੰ ਵੱਖ ਕਰ ਲਿਆ ਭਾਰਤੀ ਜਨਤਾ ਪਾਰਟੀ ਭਾਵੇਂ ਗ੍ਰਹਿ ਮੰਤਰੀ ਤੇ ਡੀਜੀਪੀ ਨੂੰ ਬਰਖਾਸਤ ਕਰਨ ਦੀ ਮੰਗ ਕਰ ਰਹੀ ਹੈ ਪਰ ਗ੍ਰਹਿ ਮੰਤਰੀ ਰੰਧਾਵਾ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਦੀ ਯਾਤਰਾ ਨੂੰ ਲੈ ਕੇ ਕੇਂਦਰ ਸਰਕਾਰ ਨੇ ਉਹਨਾਂ ਨੂੰ ਲੂਪ ਚੁਣੀ ਲਿਆ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਕਦੇ ਵੀ ਇਹ ਕੋਸ਼ਿਸ਼ ਨਹੀਂ ਕੀਤੀ ਕਿ ਕਿ ਬਤੌਰ ગ્રામ ਮੰਤਰੀ ਉਹਨਾਂ ਦੇ ਨਾਲ ਗੱਲ ਕੀਤੀ ਜਾਵੇ ગ્રામ ਮੰਤਰੀ ਦਾ ਕਹਿਣਾ ਹੈ ਕਿ ਕੇਂਦਰ ਨੇ ਹਮੇਸ਼ਾ ਮੁੱਖ ਮੰਤਰੀ ਮੁੱਖ ਸਿਕੱਤਰ ਤੇ ਡੀਜੀਪੀ ਨਾਲ ਹੀ ਮੀਟਿੰਗਾਂ ਕੀਤੀਆਂ ਹਨ ਫਿਰੋਜ਼ਪੁਰ ਸੜਕ ਤੇ ਧਰਨਾ ਦੇਣ ਵਾਲੇ ਕਿਸਾਨਾਂ ਤੇ ਐਫਆਈਆਰ ਹੋਣ ਦੀ ਜਾਣਕਾਰੀ ਦਿੰਦੇ ਉਹਨਾਂ ਨੇ ਕਿਹਾ ਜੀ ਪਰਚਾਣ ਪਛਾਤੇ ਲੋਕਾਂ ਦੇ ਖਿਲਾਫ ਦਰਜ ਕੀਤਾ ਗਿਆ ਪ੍ਰਧਾਨ ਮੰਤਰੀ ਦੇ ਰੂਟ ਤੇ ਕਿੰਨਾ ਲੋਕਾਂ ਨੇ ਰੋਕਾ ਪੈਦਾ ਕੀਤੀਆਂ ਉਸ ਦੀ ਜਾਂਚ ਤੋਂ ਬਾਅਦ ਮੂਲ ਜਮਾ ਖਿਲਾਫ ਪਰਚਾ ਦਰਜ ਕੀਤਾ ਜਾਵੇਗਾ ਪੰਜਾਬ ਪੁਲਿਸ ਨੂੰ ਨਹੀਂ ਪਤਾ ਹੋਵੇਗਾ ਬਲੂ ਬੁੱਕ ਦਾ ਕਮਰ ਵਿਜੇ ਪ੍ਰਤਾਪ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਫਲਾਪ ਹੋਣ ਤੋਂ ਬਾਅਦ ਲਗਾਤਾਰ ਪੰਜਾਬ ਦੇ ਕਿਸਾਨਾਂ ਤੇ ਸਿੱਖ ਨਿਸ਼ਾਨੇ ਸਾਧੇ ਜਾ ਰਹੇ ਹਨ ਦੂਜੇ ਪਾਸੇ ਅਗਰ ਗੱਲ ਕੀਤੀ ਜਾਵੇ ਸੋਸ਼ਲ ਮੀਡੀਆ ਦੀ ਉਸ ਦੇ ਉੱਤੇ ਵੀ ਸਿੱਖਾਂ ਨੂੰ ਲੈ ਕੇ ਕਈ ਬਿਆਨਬਾਜ਼ੀਆਂ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਅਤਵਾਦੀ ਤੱਕ ਕਹਿ ਦਿੱਤਾ ਗਿਆ ਜੀ ਇਸ ਮਾਮਲੇ ਦੇ ਉੱਤੇ ਆਮ ਆਦਮੀ ਪਾਰਟੀ ਦੇ ਨਾਰਥ ਹਲਕੇ ਤੋਂ ਉਮੀਦਵਾਰ ਆਈਪੀਐਸ ਅਫਸਰ ਕਮਰ ਵਿਜੇ ਪ੍ਰਤਾਪ ਸਿੰਘ ਨੇ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਉੱਤੇ ਨਿਸ਼ਾਨੇ ਸਾਧੇ ਹਨ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਆਈਪੀਐਸ ਜਾਂ ਐਸਐਸਪੀ ਦੇ ਰੈਂਕ ਤੇ ਪਹੁੰਚਦੇ ਹਾਂ ਤਾਂ ਬਲੂ ਬੁੱਕ ਦਿੱਤੀ ਜਾਂਦੀ ਹੈ ਜੋ ਕਿ ਸਿਰਫ ਉੱਚ ਅਧਿਕਾਰੀਆਂ ਕੋਲ ਹੀ ਮੌਜੂਦ ਹੁੰਦੀ ਹੈ ਉਸ ਦੇ ਵਿੱਚ ਸਾਰੇ ਪ੍ਰੋਟੋਕੋਲ ਤੈਅ ਹੁੰਦੇ ਨੇ ਲੇਕਿਨ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਰਾਜਨੀਤਿਕ ਲੋਕਾਂ ਦੇ ਹੱਥਾਂ ਵਿੱਚ ਖੇਡ ਰਹੇ ਆ ਸਾਨੂੰ ਬਲੂ ਬੁੱਕ ਦਾ ਬਿਲਕੁਲ ਵੀ ਧਿਆਨ ਨਹੀਂ ਐਸੇ ਲੜੀ ਦੇ ਤਹਿਤ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਦਾ ਵਿਰੋਧ ਕੀਤਾ ਗਿਆ ਤੇ ਗੌਰ ਕਮਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਭਾਜਪਾ ਉਹਨਾਂ ਦੀ ਆਪੋਜੀਸ਼ਨ ਪਾਰਟੀ ਤੇ ਕਾਂਗਰਸ ਵੀ ਉਹਨਾਂ ਦੀ ਆਪੋਜੀਸ਼ਨ ਪਾਰਟੀ ਹੈ ਉਹ ਕਿਸੇ ਦਾ ਪੱਖ ਨਹੀਂ ਪੂਰੇ ਲੇਕਿਨ ਅਧਿਕਾਰ ਖੇਤਰ ਬੋਲ ਰਹੇ ਹਨ ਕਿ ਉਹਨਾਂ ਨੂੰ ਪ੍ਰਧਾਨ ਮੰਤਰੀ ਨੂੰ ਜਿਹੜਾ ਰੋਕਣਾ ਨਹੀਂ ਚਾਹੀਦਾ ਸੀ ਉਹਨਾਂ ਦੀ ਗਰਮਾ ਦਾ ਜਿਹੜਾ ਨੁਕਸਾਨ ਹੋਇਆ ਹੈ ਰਗਵ ਚੱਡਾ ਨੇ ਕਈ ਅਕਾਲੀ ਆਗੂਆਂ ਦਾ ਆਪ ਦੇ ਵਿੱਚ ਕੀਤਾ ਸਵਾਗਤ ਸੋ ਇਹ ਹੈਰਾਨੀ ਵਾਲੀ ਖਬਰ ਹੈ ਜਾਣਨ ਦੇ ਲਈ ਚੈਨਲ ਦੇ ਪਾਈ ਸ਼ਾਰਟ ਵੀਡੀਓ ਦੇਖ ਸਕਦੇ ਹੋ ਧੰਨਵਾਦ